ਸਤਿ ਸ਼੍ਰੀ ਅਕਾਲ ਜੀ ਸਾਰਿਆਂ ਮੇਰੀਆਂ ਭੈਣਾਂ ਦੇ ਭਰਾਵਾਂ ਨੂੰ। ਅੱਜ ਆਪਾਂ ਮੈਚ ਖੇਡਣ ਆਏ ਹਾਂ ਜੀ ਪਿੰਡ ਹਵੇਲੀਆਂ ਕਲਾਂ, ਅਤੇ ਡੇਰਾ ਬਾਬਾ ਨਾਨਕ ਦੇ ਨਾਲ ਹੀ ਆ ਪਿੰਡ, 1-2 ਕਿਲੋਮੀਟਰ, ਅਤੇ ਆਪਣੇ ਵੀਰ ਗੱਜਣ ਦਾ ਪਿੰਡ ਆ। ਅਤੇ ਆਪਣਾ ਅੱਜ ਮੈਚ ਹੈਗਾ ਜੀ ਭਗਵਾਨਪੁਰ ਦੀ ਟੀਮ ਦੇ ਨਾਲ, ਚੋਹਲਾ ਸਾਹਿਬ ਅਤੇ ਭਗਵਾਨਪੁਰ ਦਾ ਮੈਚ ਆ। ਅਤੇ ਬਹੁਤ ਨਾਮਵਰ ਪਲੇਅਰ ਪਹੁੰਚੇ ਹੋਏ ਆ, ਬੜਾ ਤਕੜਾ ਮੈਚ ਹੋਣਾ ਹੈ, ਅਤੇ ਆਪਾਂ ਵੀ ਪਹੁੰਚ ਚੁੱਕੇ ਹਾਂ ਅਤੇ ਬਾਕੀ ਆਪਣੇ ਪਲੇਅਰ ਆ ਰਹੇ ਆ ਜੀ। ਅਤੇ ਥੋੜ੍ਹੇ ਟਾਈਮ ਤੱਕ ਹੋਊਗਾ ਮੈਚ ਸ਼ੁਰੂ, ਫਿਰ ਤੁਹਾਨੂੰ ਲੈ ਕੇ ਚੱਲਾਂਗੇ ਨਾਲ ਗਰਾਊਂਡ 'ਚ। ਕੱਟ ਕੇ ਆਪਾਂ ਆਪਣੀ ਗੱਡੀਆਂ ਰੱਖ ਲੈਂਦੇ ਨਾ ਭਾਈ। ਹੈਂ ਆਪਣੀ ਕੈਂਚੀ ਨਹੀਂ ਨਾ ਕੋਈ ਲਿਆਉਂਦਾ? ਕਰਦਾ ਉਹਦੇ ਨਾਲ ਬਹੁਤ ਸੈੱਟ ਨਾ, ਇਹਨੂੰ ਜਿੰਨਾ ਪੰਪ ਜਿਹਾ ਕਰਕੇ ਰੱਖੀ ਹੈ ਨਾ, ਫੇਰ ਹੀ ਮਤਲਬ ਪੂਰੇ ਕੱਸੇ ਰਹਿੰਦੇ ਆ। ਸਾਡੇ ਵੀਰ ਪੰਜਾਬ ਸਟੀਲ ਫੈਕਟਰੀ ਨਾਲ ਮਨਕੀਰ ਸਿੰਘ ਜੀ, ਸਾਡੇ ਵੀਰ ਸਨੀ ਬਾਸੀ ਤੇ ਨਾਲ ਸਰਦਾਰ ਪ੍ਰੀਤਮ ਸਿੰਘ ਜੀ, ਨਾਲ ਸਾਡੇ ਮਨਜਿੰਦਰ ਭਾਜੀ ਹੋਰ ਪਹੁੰਚੇ ਹੋਏ ਆ। ਇਹਨਾਂ ਵੱਲੋਂ ਜਿਹੜੀ ਸਪਾਂਸਰ ਆ ਟੀਮ ਬਾਬਰੀਆਂ ਦੇ ਵਿੱਚੋਂ ਇੱਕ ਕਿਣੀ ਤੇ ਚੋਲੇ ਮਾਰਿਆਂ ਨੂੰ ਡੱਕੀ ਆ ਡੱਕੀ ਸੁੱਖਾ ਮੱਗਾ ਆ ਗਿਆ ਮੇਰੇ ਵੀਰੋ। ਆ ਡੀਟੀਓ ਸਵਾਦ ਇਹ ਬੱਲੇ ਬੱਲੇ ਅਰਸ਼ ਦੇ ਸੁੱਖਾ, ਅਰਸ਼ ਦੇ ਸੁੱਖਾ, ਅਰਸ਼ ਦੇ ਸੁੱਖਾ ਢੇਰੀਆਂ ਤੋਂ ਕਿੰਨੀ ਗੱਲ
ਸਮੇਂ ਦੀ ਉਹ ਮਾਝੇ ਵਾਲਿਓ ਤਾਂ ਜੱਗਾ ਜੁਆਇੰਟ ਸੀਗਾ ਤੇ ਚਾਰੋਂ ਦੇ ਕੱਪ ਦਾ ਵੈਟਰੇਟਰ ਆ ਨਿਰਮਲ ਕਹਿੰਦੇ ਲੋਪੋ ਕੇ ਪਿੰਡ ਵਾਲਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਨਾ ਨਿਰਮਲ ਲੋਪੋ ਕੇ ਵਾਲਾ ਮੇਰੇ ਵੀਰੋ ਉਹ ਚੱਲ ਮੈਂ ਕਾਦਾ ਗਮਰੋ ਦਾ ਕਬੱਡੀ ਪੈ ਰਹੀ ਹੈ ਸਿੱਧਾ ਕਹਿੰਦੇ ਚੜ ਕੇ ਅਰਸ਼ ਦੇ ਟੈਗ ਹਜ਼ੂਰ ਨੇ ਵੱਡੀ ਮੇਲ ਤੋਂ ਜਿੱਤਿਆ ਸੀ 15 ਅਗਸਤ ਦੁਨੀਆ ਨੂੰ ਯਾਦ ਹੈ ਲਓ ਸੁੱਖਾ ਮੱਗਾ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੈ ਲਓ ਹੈਪੀ ਨਾਨਕੇ ਪਿਆਰੇ ਹੁੰਦੇ ਆ ਪੰਡਤ ਕੋਟਲੀ ਸੂਰਤ ਵਾਲਾ ਸਾਡਾ ਵੀਰ।